ਹੈਗੀ ਆ ਉੱਪਰ ਆਪਾਂ ਸਿੱਧੂ ਮੋਟਰ ਦਾ ਲੋਗੋ ਲਾ ਰੱਖਿਆ ਆਪਾਂ। ਠੀਕ ਆ, ਲੋਗੋ ਲੱਗਿਆ ਥੱਲੇ ਹਾਂਜੀ ਪਲੇਟ ਹੈ ਜੀ, ਲੰਬੀ ਹਾਂਜੀ ਪਲੇਟ। ਆਹ ਕੁੰਡੇ ਲਾਏ ਆਪਾਂ ਲੁੱਕ ਵਾਸਤੇ, ਯੂਜ ਵਾਸਤੇ ਨਹੀਂ ਲਾਏ, ਓਨਲੀ ਲੁੱਕ ਵਾਈਜ਼ ਚੰਗੇ ਲੱਗਦੇ ਹੈਗੇ। ਠੀਕ ਹੈ ਜੀ। ਤੇ ਜਿਹੜਾ ਆਪਾਂ ਇਹ 'ਚ ਅੰਦਰੋਂ ਤੁਸੀਂ ਬੋਰਡ ਦਿੱਤਾ, ਇੰਜਨ ਹੈਗਾ ਬਲੈਨੋ ਦਾ 1.6, ਇਹ ਰੈੱਡ ਕਲਰ ਕਰਵਾਇਆ ਉਹਨਾਂ ਨੇ, ਜਿਵੇਂ ਠੀਕ ਕਿ ਹੈ। ਕਿਤੇ ਕਿਤੇ ਆਪਾਂ ਪਾਰਟ ਰੈੱਡ ਕਲਰ ਨਹੀਂ ਕੀਤੇ। ਇਹਦੇ ਵਿੱਚ ਇਲੈਕਟ੍ਰੀਕਲ ਫੈਨ ਰੇਡੀਏਟਰ ਵੱਡਾ ਯੂਜ ਕੀਤਾ ਕਿ ਗੱਡੀ ਟੈਂਪਰੇਚਰ ਨਾ ਚੱਕੇ, ਕਿਉਂਕਿ ਟੈਂਪਰੇਚਰ ਗੱਡੀ 'ਚ ਏਸੀ ਲੱਗ ਗਿਆ, ਟਾਇਰ ਵੱਡੇ ਹੋ ਗਏ, ਆਫ ਰੋਡ ਬੈਟਰੀ ਵੀ ਵੱਡੀ ਯੂਜ ਕਰਨੀ ਪੈਂਦੀ ਹੈ ਆਪਾਂ ਨੂੰ, ਤਾਂ ਕਿ ਵਿੰਚ ਮੋਟਰ ਇਹ ਕਰਕੇ। ਚੀਜ਼ਾਂ ਨਾਲ ਕੰਪੇਅਰ ਕਰਕੇ ਤੁਸੀਂ ਮਤਲਬ ਹਾਂ ਜਿਵੇਂ ਜਿਵੇਂ ਚੀਜ਼ ਨੂੰ ਹਾਂ, ਇਨਕਲੂਡ ਕੀਤਾ ਹੋਇਆ ਮਤਲਬ ਤੁਸੀਂ। ਏਸੀ ਪਾਵਰ ਸਟੀਅਰਿੰਗ ਇੰਜਨ ਵੱਡਾ ਯੂਜ ਕਰਨਾ ਪੈਂਦਾ, ਜਿਪਸੀ ਇੰਜਨ ਛੋਟਾ ਹੁੰਦਾ 1.3, ਉਹਦੇ ਵਿੱਚ ਆਪਾਂ ਏਸੀ ਦਾ ਲੋਡ ਪਾ ਦਈਏ ਗੱਡੀ 'ਤੇ, ਜਾਂ ਆਪਾਂ ਵਿੰਚ ਮੋਟਰ ਦਾ ਪਾ ਦਈਏ, ਪਾਵਰ ਸਟੀਅਰਿੰਗ ਦਾ ਪਾ ਦਈਏ, ਅਤੇ ਪਾਵਰ ਗੱਡੀ ਸਟੀਅਰਿੰਗ ਦਾ ਪਾ ਦਈਏ, ਉੱਤੋਂ ਲਾ ਦਈਏ ਹਾਰਡ ਟੋਪ ਅਤੇ ਟਾਇਰ ਵੱਡੇ, ਗੱਡੀ ਉੱਠਦੀ ਨਹੀਂ, ਪਾਵਰ ਨਹੀਂ ਹੁੰਦੀ ਰਹਿੰਦੀ ਉਹਦੀ ਗੱਡੀ ਦੀ। ਇਹ ਗੱਲ ਤੇ ਥੋੜੀ ਇਹਦੇ ਠੀਕ ਵਿੱਚ ਹੈ। ਸਨੋਰਕਲ ਆਪਾਂ ਯੂਜ ਨਹੀਂ ਕੀਤਾ ਗਾ, ਕਸਟਮਰ ਨੇ ਕਰਵਾਇਆ ਨਹੀਂ ਸੀਗਾ ਉਸ ਗੱਡੀ 'ਤੇ ਲੱਗਿਆ ਹੋਇਆ। ਨਹੀਂ ਚਲੋ, ਉਹ ਵੀ ਇੱਕ ਤਰ੍ਹਾਂ ਦੀ, ਉਹ ਅਲੱਗ ਲੁੱਕ ਹੈ ਨਾ, ਹਾਂ ਇੱਕ ਡਿਫਰੈਂਟ, ਮਤਲਬ ਕਿ ਡਿਫਰੈਂਟ ਜੀ ਹਾਂ, ਚੀਜ਼ ਲੱਗ ਪਹਿਲਾਂ ਰਹੀ ਹੈ ਕਦੇ ਨਾ। ਆਪਾਂ ਕਾਲੀ ਗੱਡੀ ਕਰੀ ਨਹੀਂ ਤਿਆਰ, ਨਹੀਂ ਕਰੀ। ਉਹ ਕੱਲ ਮੈਂ ਪੰਪ ਦੇ ਤੇਲ ਪਵਾਈ ਜਾਵਾਂ ਉੱਥੇ, ਪੰਪ ਵਾਲਾ ਕਹਿੰਦਾ ਯਾਰ ਜਿਪਸੀ ਕਾਲੀ ਸ਼ੌਂਕ ਸੋਹਣੀ ਹੈ ਸਰਦਾਰਾਂ ਦਾ, ਮੈਂ ਬੱਬੂ ਮਾਨ ਵਾਲਾ ਗਾਣਾ ਗਾਣਾ ਸੱਚ ਹੋ ਗਿਆ ਤੇ ਮੇਰੇ ਯਾਦ ਆ ਗਈ ਗੱਲ, ਮੈਂ ਯਾਰ ਵਾਕਈ ਗੱਲ ਗਾਇਆ ਬੱਬੂ ਸਹੀ ਮਾਨ ਹੈ, ਉਹਦੇ ਵਿੱਚ ਫੋੜ ਵੀ ਹੁੰਦਾ ਹੈਗਾ, ਘੋੜਾ ਵੀ ਹੁੰਦਾ ਖਣੀ, ਤੇ ਫੋੜ ਬਲੈਤੀ ਖਣੀ। ਆਪਾਂ ਗਾਣਾ ਪੂਰਾ ਸੁਣਿਆ ਨਹੀਂ ਗੌਰ ਨਾਲ, ਤੇ ਹੁਣ ਸੁਣਾਂਗੇ ਸਮਾਂ ਸਿਰ ਚੈੱਕ ਕਰਕੇ ਉਹਨੂੰ। ਸਹੀ ਗੱਲ ਹੈ। ਤੇ ਜੇ ਇਹਦੇ ਟਾਇਰਾਂ ਦੀ ਬਾਈ ਜੀ ਗੱਲ ਕਰੀਏ, ਜੇ ਟਾਇਰ ਤਾਂ ਜੀ ਇਹ ਗੁਡੀਅਰ ਦੇ ਟਾਇਰ ਆ, 2 35 75 15, ਵੈਸੇ ਜੀ ਉਸ ਨੂੰ ਮੈਂ ਟਾਇਰ ਪਾਉਣਾ ਹੋਣਾ 2 15 ਸਾਈਜ਼ ਦੇ, ਤੇ ਇਹ ਇਹ 2 35 ਹੈ, ਥੋੜ੍ਹੀ ਹਾਈਟ ਜ਼ਿਆਦਾ ਇਹਨਾਂ ਹਾਈਟ ਦੀ। ਜ਼ਿਆਦਾ ਹੋ ਗਈ, ਇਹ ਬਾਈ ਕਹਿੰਦਾ ਵੀ ਆਪਾਂ ਨੂੰ ਗੱਡੀ ਪਲੇ ਭਿਉਣੀ ਕਰਨੀ ਹੈ ਨਹੀਂ, ਆਪਾਂ ਲੁੱਕ ਚਾਹੀਦੀ ਆਪਾਂ ਨੂੰ ਗੱਡੀ ਦੀ, ਇਕੱਲੀ ਲੁੱਕ, ਹਾਈਟ ਚੰਗੀ ਬਣਦੀ ਹੈ ਟਾਇਰ ਨਾਲ, ਤੇ ਇਹ ਟਾਇਰ ਵੱਡਾ ਪਾਉਣੇ ਕਰਕੇ ਆਪਾਂ ਨੂੰ ਆਹ ਵੀ ਸ਼ੌਕਰ ਸੀ, ਇਹਦੀ ਹਾਈਟ ਵੀ ਚੱਕਣੀ ਵੀ ਗੱਡੀ ਦੀ ਆਪਾਂ ਨੂੰ। ਅੱਛਾ, ਇਹ ਲਾਏ ਨਾ ਪੁਰਜੇ ਆਪਾਂ ਹਾਈਟ ਵਾਸਤੇ ਲਾਏ, ਚਾਰੇ ਪਾਸੇ ਲਾਏ, ਮਗਰ ਵੀ ਲੱਗੇ ਆ। ਅੱਛਾ, ਚਾਰੇ ਪਾਸੇ ਘੁੰਮਣੇ, ਨਾ ਟਾਇਰ ਟੱਚ ਕਰਦਾ ਇੱਥੇ ਬਾਡੀ ਦੇ ਨਾਲ। ਠੀਕ ਹੈ, ਜੇ ਟਾਇਰ ਵੱਡਾ ਪਾਈਏ ਆਪਾਂ ਉਹ ਟੱਚ ਕਰੂਗਾ, ਟੱਚ ਕਰੂਗਾ ਇੱਥੇ, ਫਿਰ ਟੱਚ ਕਰਨ ਤੋਂ ਇਹ ਹਾਈਟ ਚੱਕੀ ਜਿਹੜੀ ਆਪਾਂ ਹਾਈਟ ਚੱਕ। ਹਾਂ ਨਹੀਂ, ਲੁੱਕ ਵਾਈਜ਼ ਬਹੁਤ ਵਧੀਆ ਲੱਗ ਰਹੀ ਜੀ। ਹਾਂ, ਮਾਈਲੇਜ ਦੀ ਗੱਲ ਕਰੀਏ ਆਪਾਂ, ਹਾਂ ਫਿਰ ਉਹ ਮਾਈਲੇਜ ਤਾਂ ਜੀ 10 ਕੁ ਦੀ ਦਿੰਦੀ ਹੈ ਪੈਟਰੋਲ 10 ਕੁ ਤੇ, ਜੇ ਕੋਈ ਡੀਜ਼ਲ ਯੂਜ ਕਰੂ 15 ਦੇ ਦੂਗੀ ਡੀਜ਼ਲ ਦੀ, ਮਤਲਬ ਕਿ ਪੈਟਰੋਲ ਕੋਈ ਇੰਜਨ ਯੂਜ ਕਰ ਲਈਏ ਆਪਾਂ, 10 ਤੋਂ ਮਾਈਲੇ ਉੱਪਰ ਨਹੀਂ ਮਿਲ ਸਕਦੀ, ਘੱਟ ਮਿਲੂਗੀ ਆਪਾਂ ਨੂੰ, ਤੇ ਡੀਜ਼ਲ ਦਾ ਕੋਈ ਵੀ ਯੂਜ ਕਰ ਲਈਏ ਆਪਾਂ, ਤੇ 15 ਤੋਂ ਟੱਪਦੀ ਨਹੀਂ ਗੀ, ਮਤਲਬ 15 16 ਕਹਿ ਦਈਏ ਆਪਾਂ, ਵੀ ਕਈ ਵਾਰੀ ਕਹਿ ਦਿੰਦੇ 20 ਦੀ ਐਵਰੇਜ ਨਹੀਂ। ਇਹ ਕਿਸੇ ਗੱਡੀ ਦੀ ਕਾਪੀ ਕਰੀ ਹੈ ਬਾਈ ਨੇ ਜਾਂ ਦੇਖੋ ਜੀ, ਤੁਸੀਂ ਉਹਨੇ ਕਾਪੀ ਚ ਚੋਇਸ ਦੇ ਮਤਲਬ ਨਹੀਂ ਬਣਾਈ ਹੋਈ ਹੈ, ਮਤਲਬ ਕਿ ਆਪਾਂ ਕਾਪੀ ਕਰਾਣੀ ਕਹਿੰਦੇ ਆਪਾਂ ਨੂੰ, ਕਾਪੀ ਕਰਨ ਦੀਆਂ ਗੱਲਾਂ ਵੱਡੀਆਂ ਹੋ ਜਾਂਦੀਆਂ। ਇਹ ਬਹੁਤ ਛੇਤੀ ਤਿਆਰ ਕਰੀ ਹੈ ਮੈਨੂੰ। ਹਾਂ, ਛੇਤੀ ਫਿਰ ਕਰਨੀ ਪਈ ਨਾ, ਮਜਬੂਰੀ ਸੀ ਵੀਰ ਦੇ। ਕਿੰਨੇ ਟਾਈਮ 'ਚ ਬਾਈ ਜੀ ਗੱਡੀ ਤਿਆਰ ਕਰੀ? 4 ਤਰੀਕ ਦਾ ਵਿਆਹ ਸੀਗਾ, ਉੱਥੇ ਗੱਡੀ ਨਹੀਂ ਦੇ ਸਕੇ ਆਪਾਂ। ਅੱਛਾ, ਹੁਣ ਵੀ ਵਿਚਾਰੇ ਦੇ 3 4 ਦਿਨ ਰਹਿੰਦੇ ਜਾਣ ਦੇ, ਕਿ ਆਹ ਲਾਈਟ ਇਹ ਦਿੱਤੀ ਲਾਈਟਾਂ ਐਲਈਡੀ ਸਿੰਗਲ ਪਹਿਲਾਂ ਨਹੀਂ ਜੀ, ਪਹਿਲੀ ਗੱਲ ਤਾਂ ਮੇਰੀ ਗੱਲ ਸੁਣੋ, ਜਿਹੜੀ ਇਸ ਗੱਡੀ ਦਾ ਕਲਰ ਚੇਂਜ ਕੀਤਾ ਆਪਾਂ, ਮਤਲਬ ਕਿ ਕਲਰ ਕੱਲਾ ਚੇਂਜ ਕੀਤਾ ਹੈ, ਠੀਕ ਹੈ, ਉਹਦਾ ਕਲਰ ਸੀਗਾ ਔਰੰਜ, ਇਹਦਾ ਬਲੈਕ, ਠੀਕ ਹੈ, ਡਿੱਟੋ ਸੇਮ ਉਹੋ ਜੀ ਗੱਡੀ ਬਣਾਈ ਹੈ ਆਪਾਂ, ਬਣਾਈ ਹੈ। ਇੱਕ ਉਸ ਗੱਡੀ ਦੇ ਵਾਟਰ ਚੈਨਲ ਹੀ ਲੱਗਿਆ ਇੱਥੇ, ਵਾਟਰ ਚੈਨਲ ਮਤਲਬ ਜੇ ਬਾਰਿਸ਼ 'ਚ ਗੱਡੀ ਚਲਾ ਰਹੇ ਹਾਂ, ਠੀਕ ਹੈ, ਪਾਣੀ ਬਾਰੀ ਸਿੱਧਾ ਸ਼ੀਸ਼ੇ ਤੇ ਅੰਦਰ ਆਊਗਾ, ਅੰਦਰ ਆਊਗਾ, ਠੀਕ ਹੈ, ਜੇ ਗੱਡੀ ਬਾਰਿਸ਼ ਚੱਲੇਗੀ ਇਹਦਾ ਪਾਣੀ ਇੱਥੋਂ ਦੀ ਹੋਊਗਾ, ਨਹੀਂ ਆਏਗਾ, ਐ ਜਾਏਗਾ, ਹਾਂ, ਪਾਸੇ ਉਸ ਗੱਡੀ ਦੇ ਜਾਊਗਾ। ਵਾਟਰ ਚੈਨਲ ਨਹੀਂ ਲੱਗਿਆ, ਠੀਕ ਹੈ ਜੀ, ਠੀਕ, ਇੱਕ ਉਹ ਲੱਗਿਆ ਸਨੋਰਕਲ, ਇਹਦੇ ਆਪਾਂ ਸਨੋਰਕਲ ਨਹੀਂ ਲਾਇਆ, ਨਹੀਂ ਲਾਇਆ, ਬਸ ਮੈਨੂੰ ਇਹ ਚੀਜ਼ ਸੋਹਣੀ ਲੱਗੀ ਬਾਈ। ਹਾਂ, ਤੇ ਬਾਕੀ ਆ 04 ਲਿਖਿਆ ਆਪਾਂ, ਜਿਹੜਾ 04 ਦਾ ਮੈਟਰ ਇਹ ਹੈ, ਆਪਾਂ ਨੂੰ ਕਸਟਮਰ ਕਾਲ ਕਰਦਾ, ਤੁਹਾਡੀ ਬਲੈਕ ਗੱਡੀ ਦੇਖੀ ਸੀ, ਵੈਸੇ ਤਾਂ ਬਲੈਕ ਗੱਡੀ ਆਪਾਂ ਇੱਕ ਹੀ ਬਣਾਈ ਹੈ ਪਹਿਲਾਂ, ਬਣਾਈ ਹੈ, ਸਹੀ ਹੈ, ਬਰਾਊਨ ਕਲਰ ਗੱਡੀ ਬਣਾਈ ਸੀਗੀ, ਵਾਈਟ ਕਸਟਮਰ ਉਹਨੂੰ ਬਲੈਕ ਕਹਿ ਕੇ ਕਾਲ ਕਰਦੇ ਆ ਮੈਨੂੰ, ਉਹ ਬਰਾਊਨ ਕਲਰ ਨੂੰ, ਬਰਾਊਨ ਕਲਰ, ਇਹ ਆਪਾਂ ਨੂੰ ਕਸਟਮਰ ਕਾਲ ਕਰੂਗਾ ਯਾਰ ਤੁਹਾਡੀ ਮੈਂ 04 ਗੱਡੀ ਦੇਖੀ ਹੈ, ਠੀਕ ਹੈ, ਤੇ ਆਪਣੇ ਮਾਈਂਡ 'ਚ ਆਜੂਗੀ ਹਾਂ 04 ਗੱਡੀ ਉਹ ਹੈ, ਤੇ ਉਹ ਇੰਨੇ ਪੈਸਿਆਂ ਦੀ ਹੈ, ਆਹਾ ਹਾ, ਨਾਲ ਦੀ ਨਾਲ ਕੈਚ ਹੋ ਜਾਣੀਆਂ ਗੱਲਾਂ ਸਾਰੀਆਂ, ਮਤਲਬ ਕਿ ਇਹ ਉਹ ਮੈਟਰ ਦਾ, ਜੇ ਕਸਟਮਰ ਨਹੀਂ ਲਵਾਉਂਦਾ ਕਿਸੇ ਸਟicker ਆਪਾਂ ਲਾ ਦਿੰਨੇ ਆ, ਪਰ ਆਪਾਂ ਵੀਡੀਓ ਬਣਾਉਣ ਤੋਂ ਬਾਅਦ ਲਾਉਨੇ ਆ, ਠੀਕ ਹੈ ਜੀ। ਤੇ ਜਿਹਦੇ ਫੂਟ ਰੈਸਟ ਦੀ ਆ ਗੱਲ ਕਰੀਏ, ਇਹ ਜੀ ਵੈਸੇ ਜਿਪਸੀ ਤੇ ਆਪਾਂ ਲਾਉਂਦੇ ਨਹੀਂ ਹੁੰਦੇਗੇ, ਉਹ ਵੀ ਜ਼ਰੂਰਤ ਨਹੀਂ ਪੈਂਦੀ, ਧਰ ਕੇ ਚੜਨਾ ਪੈਰ ਹਨਾ, ਹਾਂ, ਇਹ ਵੀ ਤੇ ਇਹ ਕਾਹਦਾ ਲਾਇਆ, ਕਿਹੜੀ ਤੇ ਗੱਡੀ ਦਾ? ਥਾਰ ਗੱਡੀ ਦਾ ਜੀ, ਠੀਕ ਹੈ, ਥਾਰ ਗੱਡੀ ਦਾ ਯੂਜ਼ ਕੀਤਾ, ਪੂਰਾ ਹੈਵੀ ਹੈ ਇਹ, ਬਹੁਤ ਹੈਵੀ, ਪਹਿਲਾਂ ਨਾ ਆਮ ਉਸ ਗੱਡੀ ਤੇ ਲੱਗਿਆ ਪਾਈਪ ਦਾ ਬਣਾ ਕੇ ਲੰਬਾ ਲੰਮਾ ਲਾਤਾ, ਉਹ ਥੋੜਾ ਮੈਨੂੰ ਹਲਕਾ ਲੱਗਿਆ, ਮੈਂ ਵੀਰ ਨੂੰ ਕਿਹਾ, ਮੈਂ ਕਿਹਾ ਬਈ ਆਪਾਂ ਜੇ ਲਾਉਣੀ ਆ ਨਾ ਆਪਾਂ ਥਾਰਦਿਆਂ ਲਾ ਦਈਏ, ਥੋੜਾ ਹੈਵੀ ਹੋ ਜੇ, ਥੋੜਾ ਹੈਵੀ ਹੋ ਜਾਊਗਾ, ਤੇ ਬਾਕੀ ਲੁੱਕ ਬਹੁਤ ਚੰਗੀ ਹੈ ਪੈਰ ਦਾ ਆਂਦੀ ਇਹਦੀ, ਤੇ ਦੋ ਬੰਦੇ ਹੋਰ ਵੀ ਦੇਖ ਕੇ ਗਏ ਕਿ ਬਹੁਤ ਸੋਹਣਾ ਲੱਗਿਆ, ਨਹੀਂ ਅਲੱਗ ਅਲੱਗ ਹੋਰ ਵੀ ਲਾਇਆ ਕਰਾਂ ਗੱਡੀਆਂ ਵਿੱਚ, ਚੰਗਾ ਲੱਗਿਆ,
ਤੇ ਜੇ ਇਸ ਦੀ ਗੱਲ ਕਰੀਏ ਆਪਾਂ ਇਹਦੇ ਵਿੱਚ ਤੁਸੀਂ ਆ ਟਾਇਰ ਦਾ